ਹੈਦਰਾਬਾਦ ਕਾਨ ਦੇ ਆਰੋਪੀਆਂ ਦੇ ਇਨਕਾਊਂਟਰ ਤੋਂ ਬਾਅਦ ਇੰਜ ਭਟੀਤ ਹੋਇਆ ਸੀ ਕਿ ਹੁਣ ਅਜਿਹੇ ਮਾਮਲੇ ਘੱਟ ਜ਼ਰੂਰ ਜਾਣਗੇ ਪਰ ਹਯਵਾਨ ਆਪਣੀ ਹਯਵਾਨੀਅਤ ਦਿਖਾਉਣ ਵਿੱਚ ਪਿੱਛੇ ਨਹੀਂ ਹਨ ਹਾਲੀ ਵਿੱਚ ਅੰਮ੍ਰਿਤਸਰ ਦੇ ਸ਼ਹੀਦ ਉਦਮ ਸਿੰਘ ਨਗਰ ਵਿੱਚ ਇੱਕ ਨਨਦ ਪਰਜਾਈ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਉਹ ਇਸ ਦਾ ਵਿਰੋਧ ਕਰਕੇ ਆਪਣੀ ਜਾਨ ਬਚਾ ਕੇ ਆਪਣੇ ਘਰ ਪਹੁੰਚਿਆ ਤਾਂ ਗੁੱਸੇ ਵਿੱਚ ਆਏ ਹਯਵਾਨਾਂ ਨੇ ਉਸ ਦੇ ਘਰ ਤੇ ਹੀ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਹਵਾਨਾ ਵੱਲੋਂ ਔਰਤਾਂ ਦੇ ਘਰ ਤੇ ਤੇਜ਼ ਦਾਰ ਹਥਿਆਰਾਂ ਨਾਲ ਹਮਲਾ ਕੀਤਾ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਕਾਨੂੰਨ ਦੀਆਂ ਤੱਜੀਆਂ ਵੀ ਉਡਾਈਆਂ ਜਾ ਰਹੀਆਂ ਨੇ ਦਾ ਜ਼ਾਹੀਏ ਕਿ ਤਕਰੀਬਨ 10 11 ਵਜੇ ਨਾਨੰਦਪੁਰਜਾਈ ਹਸਪੀਟਲ ਤੋਂ ਕਾਰ ਆ ਰਹੀਆਂ ਸਨ। ਐਸੀ ਦੌਰਾਨ ਕੁਝ ਇੱਕ ਨੌਜਵਾਨਾਂ ਵੱਲੋਂ ਉਹਨਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਜਦੋਂ ਉਹ ਆਪਣੀ ਜਾਨ ਬਚਾਉਂਦੀਆਂ ਹੋਈਆਂ ਘਰ ਗਈਆਂ ਤਾਂ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਔਰਤਾਂ ਦੇ ਘਰ ਤੇ ਹੀ ਹਮਲਾ ਕਰ ਦਿੱਤਾ। ਪੀੜਤ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਪਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਮੇਰਾ ਨਾਮ ਪੂਜਾ ਕਿੱਥੋਂ ਦਾ ਰਹਾਂਗੇ ਮੈਂ ਸ਼ਹੀਦឧਦਮ ਸਿੰਘ ਕਲੋਨੀ ਕੀ ਜੇ ਮਸਲਾ ਹੈ ਤੁਹਾਡੇ ਘਰ ਤੇ ਜਾਣ ਲੈ ਵਾ ਮਲਾਇਆ ਮੈਂ ਆਪਣੇ ਭਰਾ ਦੀ ਕੁੜੀ ਨੂੰ ਛੁੱਟੀ ਦਿਵਾ ਕੇ ਲਿਆਂਦੀ ਪਈ ਸੀ ਹਸਪੀਟਲੋਂ ਤੇ ਕੁਝ ਮੁੰਡੇ ਸੀ ਉੱਥੇ ਮੇਰੀ ਚੁੰਨੀ ਉਹਨਾਂ ਨੇ ਸ਼ੋਰ ਖਿੱਚ ਦਿੱਤਾ ਇੱਕ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੇ ਤੇ ਅਸੀਂ ਭੱਜੇ ਆ ਗਏ ਅਸ਼ੂਨ ਅਸ਼ੂਨ ਆਰੋ ਨਹੀਂ ਉਹਨੇ ਬੰਦੇ ਜਿਹੜਾ ਨੇ ਇਹ ਹੈਗੇ ਸੀਗੇ 70 80 ਨੇ ਇਹ ਕੀ ਨਾਂ ਕੀ ਉਹਨਾਂ ਦੇ ਨਾਂ ਮੈਨੂੰ ਅਸ਼ੂ ਲੈਟ ਵੀ ਅਸ਼ੂ ਆਏ ਹੋਰ ਨੰਨੂ ਤੇ ਇਸ ਬੰਦ ਦੇ ਕੋਈ ਪੁਲਿਸ ਨੂੰ ਪਤਲਾ ਕੀਤੀ ਜੀ ਹਾਂਜੀ ਪੁਲਿਸ ਨੂੰ ਤਲਾਸ਼ ਕੀਤੀ ਹੈ ਦੋ ਵਾਰੀ ਦਰਖਾਸਤ ਵੀ ਦੇਣ ਦੀ ਹੈ ਤੇ ਕੋਈ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੂੰ ਅਸੀਂ ਬਾਰ ਬਾਰ ਕਹਿੰਦੇ ਆ ਆ ਕੇ ਤੁਹਾਡੇ ਨਾਲ ਚੱਲੋ ਵੇਖੋ ਆ ਕੀ ਹੁੰਦਾ ਪਿਆ ਕੋਈ ਵੀ ਨਹੀਂ ਆਇਆ ਥਾਣੇ ਹਜੇ ਤੱਕ ਉਸ ਨੂੰ ਤਲਾਸ਼ ਦੇਣ ਤੋਂ ਬਾਅਦ ਵੀ ਕੋਈ ਤੁਹਾਡੇ ਤੇ ਹਮਲਾ ਆਇਆ ਜੀ ਹਾਂਜੀ ਉਸ ਤੋਂ ਬਾਅਦ ਵੀ ਹੋਇਆ ਕੱਲ ਰਾਤੀ ਫੇਰ ਕਿੰਨੇ ਕੁ ਬੰਦੇ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਹੈਗੇ ਆ ਸੌਕ ਬੰਦਾ ਆਣਾ ਹੀ ਹੈ ਅੱਛਾ ਕੀ ਕੀ ਨੁਕਸਾਨ ਤੁਹਾਡੇ ਇਥੋਂ ਦਾ ਹੋਇਆ ਕਰਦਾ ਨੁਕਸਾਨ ਸਾਡੇ ਬਾਹ ਬੂਆ ਬਾਬਾ ਸਾਰਾ ਤੋੜ ਦਿੱਤਾ ਇਹਨਾਂ ਨੇ ਤੇ ਬਾਹ ਬੋਤਲਾ ਬੂਤਲਾ ਬਾਬਾ ਚਲਾਈਆਂ ਹੋਰ ਘੜ ਘੜੇ ਤਿਆਰ ਹੀ ਉਹਨਾਂ ਕੋਲ ਹੋਰ ਉਹਨਾਂ ਨੇ ਇੱਕ ਇੱਕ ਜਨੇ ਕੋ ਪਸਤੋਲ ਲਗਾ ਸੀਗਾ ਤੇ ਇੱਕ ਕੋਲ ਦਾਤਰ ਸੀਗਾ ਤੇ ਉਹ ਕਿਰਪਾਨ ਘਰਬੂਨ ਸਾਰੀ ਫੜੀ ਹੋਈ ਸੀ ਉਹਨਾਂ ਨੇ ਕੀ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਉੱਤੋਂ ਜਾਨ ਦਾ ਖਤਰਾ ਹੈ ਹਾਂਜੀ ਸਾਨੂੰ ਜਾਨ ਦਾ ਬਹੁਤ ਜ਼ਿਆਦਾ ਖਤਰਾ ਹੈ ਇਹਨਾਂ ਕੋਲ ਤੇ ਇਸ ਬੰਦੇ ਜੀ ਪੁਲਿਸ ਨੂੰ ਤੁਸੀਂ ਦੱਸ ਤੇ ਸਾਡੀ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਣ ਦੀ ਹਈ ਤੱਕ ਕੀ ਮੰਗ ਕਰਦੇ ਆ ਪਹੁੰਚ ਅਧਿਕਾਰੀਆਂ ਕੋਲ ਸਾਨੂੰ ਅਸੀਂ ਮੰਗ ਕਰਦੇ ਆ ਕਿ ਸਾਡੀ ਸੁਣਾਈ ਹੋਵੇ ਸਾਡੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਅਸੀਂ ਪੰਜ ਕਿ ਨਾਮ ਹੈ ਜੀ ਆਪਣਾ ਨੇਹਾ ਕੀ ਵਾਰਦਾਤ ਹੋਈ ਸਾਰੀ ਟੜਕਾ ਤੇ ਹਮਾਰਾ ਹੋਇਆ ਵਾਰਦਾਤ ਹੈ ਹੋਈ ਭਾਜੀ ਮੇਰੀ ਭੈਣ ਤੇ ਮੇਰੀ ਪਰਜਾਈ ਆ ਰਹੀ ਸੀ ਰਸਤੇ ਵਿੱਚ ਤੇ ਆਸ਼ੂ ਨਾਰ ਤੇ ਕੁਛ ਉਹਦੇ ਨਾਲ ਮੁੰਡੇ ਉਹਦਾ ਭਰਾ ਤੇ ਉਹਨਾਂ ਨੇ ਇਹਨਾਂ ਨਾਲ ਜ਼ਬਰਦਸਤੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹਨਾਂ ਨੇ ਉੱਥੋਂ ਜਾਨ ਬਚਾ ਕੇ ਘਰ ਆਏ ਘਰ ਆ ਕੇ ਅਲੇ ਅੰਦਰ ਹੀ ਆਏ ਇਹੋ ਗੱਲ ਹੀ ਦੱਸਦੇ ਪਏ ਆਪਣੇ ਬ੍ਰਦਰ ਨੂੰ ਆਪਣੇ ਇਸ ਘਰਦਿਆਂ ਨੂੰ ਇੰਨੀ ਦੇਰ ਚ 8-10 ਜਣੇ ਕਰਪਾਨਾ ਲੈ ਕੇ ਬੋਤਲਾ ਲੈ ਕੇ ਸਾਨੂੰ ਪਏ ਸਾਡੇ ਘਰ ਫਿਰ ਅਸੀਂ ਪੁਲਿਸ ਨੂੰ ਤਲਾਹ ਕੀਤੀ ਪੁਲਿਸ ਨੂੰ ਮੌਕਾ ਵਿਖਾਇਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਫੇਰ ਪੁਲਿਸ ਕੋ ਗਏ ਉਹਨਾਂ ਨੇ ਕੋਈ ਕਹੀ ਕਿ ਸਾਡੀ ਜਾਨ ਨੂੰ ਖਤਰਾ ਉਹਨਾਂ ਨੇ ਫੇਰ ਕੋਈ ਕਾਰਵਾਈ ਨਹੀਂ ਕੀਤੀ ਫੇਰ ਸਾਡੇ ਘਰ 7 70 80 ਬੰਦੇ ਫੇਰ ਆਏ ਸਾਡੇ ਘਰ ਸਾਡੇ ਘਰ ਨੂੰ ਫੇਰ ਹਮਲਾ ਕੀਤਾ ਫੇਰ ਬੋਤਲਾਂ ਚਲਾਈਆਂ ਸਾਡੇ ਕਰਪਾਨਾਂ ਚਲਾਈਆਂ ਇਹ ਦੋ ਵਾਰੀ ਸਾਡੇ ਘਰ ਹਮਲਾ ਹੋ ਚੁੱਕਾ ਹੈ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਬੱਚੇ ਉਹ ਪੈਸੇ ਵਾਲੇ ਆਸ਼ੂ ਨਾਰੋ ਨਹੀਂ ਉਹਨਾਂ ਦੀ ਸਰਕਾਰੀ ਜੋਬ ਹੈ ਉਹਨਾਂ ਦੇ ਕਰਕੇ ਸਾਡੇ ਸਾਡੀ ਕੋਈ ਸੁਣੀ ਨਹੀਂ ਜਾਂਦੀ। ਕੋਈ ਸੀਸੀਟੀਵੀ ਫੁਟੇਜ? ਵਿਸ਼ੂ ਖੜੇ ਵਾਲਾ ਹਾਂਜੀ। ਸੀਸੀਟੀਵੀ ਫੁਟੇਜ ਆਈ ਕੋਈ? ਹਾਂਜੀ ਹਾਂਜੀ ਸਾਡੇ ਘਰ ਕੈਮਰੇ ਲੱਗੇ ਫੋਟੋ ਆਈ ਸਾਰਾ ਕੁਝ ਆਇਆ ਵੀਡੀਓ ਸਾਰੀ। ਪੁਲਿਸ ਵਾਲੇ ਨੇ ਫੁਟੇਜ ਦੇ ਆਧਾਰ ਤੇ ਕੋਈ ਕਾਰਵਾਈ? ਨਹੀਂ ਨਹੀਂ ਕੋਈ ਆਧਾਰ ਤੇ ਕਾਰਵਾਈ ਨਹੀਂ ਕੀਤੀ। ਪੁਲਿਸ ਵਾਲੇ ਨੇ ਦਿੱਤੀ ਸੀ। ਹਾਂਜੀ ਦਿੱਤੀ ਜੇ। ਪਰ ਫਿਰ ਮੰਗ ਕਰਦੇ ਹੁਣ। ਮੰਗ ਆਹੀ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ। ਉਹ ਪੈਸੇ ਵਾਲੇ ਸਾਡੀ ਸੁਣਾਈ ਨਹੀਂ ਹੋ ਰਹੀ ਉਹਨਾਂ ਦੇ ਕੇਸ ਕੀਤਾ ਜਾਵੇ। ਇਸ ਮਾਮਲੇ ਦੇ ਸਬੰਧੀ ਔਰਤਾਂ ਦੇ ਪਰਿਵਾਰਿਕ ਮੈਂਬਰ ਦਾ ਕੀ ਕਹਿਣਾ ਹੈ ਆਓ ਸੁਣ ਲੈਂਦੇ ਹਾਂ। ਮੇਰਾ ਨਾਮ ਦੀਪਕ ਹੈ ਜੀ ਕੀ ਗੱਲ ਹੋਈ ਸਾਰੀ ਘਟਨਾ ਕੀ ਹੋਈ ਸਰ ਮੇਰੀ ਕੁੜੀ ਬਿਮਾਰ ਸੀ 3 ਮਹੀਨਿਆਂ ਦੀ ਮੇਰੀ ਕੁੜੀ ਹੈ ਬਿਮਾਰ ਸੀ ਹਸਪੀਟਲੋਂ ਨੂੰ ਛੁੱਟੀ ਦਿਵਾ ਕੇ ਮੇਰੀ ਭੈਣ ਤੇ ਮੇਰੀ ਵਾਈਫ ਲੈ ਆ ਰਹੇ ਸੀ ਰਾਤੀ ਤਰਗਿਬਨ 10 ਵਜੇ ਦਾ 10 11 ਵਜੇ ਦੇ ਵਿੱਚ ਦਾ ਟਾਈਮ ਸੀ ਤੋਂ ਛੁੱਟੀ ਦਿਵਾ ਕੇ ਆਏ ਤੇ ਉਹ ਮੋੜ ਤੇ ਨੇਰਾ ਬੜਾ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਛੇੜਖਾਨੀ ਕੀਤੀ ਅਛੂ ਨਾਹਰ ਦਾ ਭਰਾ ਹੀ ਤੇ ਨਾਲ ਉਹਦਾ ਛੋਟਾ ਭਰਾ ਯਾ ਸੁਨਾਰ ਦੋਨੋਂ ਯਾਨੇ ਤੇ ਨਾਲ ਇਹਨਾਂ ਨਾਲ ਇੱਕ ਦੋ ਯਾਨੇ ਹੋਰ ਸੀ ਇਹਨਾਂ ਨੇ ਛੇੜਖਾਨੀ ਕੀਤੀ ਇੰਨੀ دیر ਚ ਮੇਰੀ ਵਾਈਫ ਤੇ ਮੇਰੀ ਭੈਣ ਜੀ ਤੋਂ ਘਰ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਵੇਖਣ ਲੱਗੇ ਕੌਣ ਅਗੇ ਆ ਤੇ ਇੰਨੀ دیر ਚ ਉਹ ਵਾਵਾ ਦਸ ਯਾਨੇ ਹੋ ਗਏ ਤੇ ਉਹਨਾਂ ਨੇ ਬੋਤਲਾ ਚਲਾਣੀਆਂ ਸ਼ੁਰੂ ਕਰਤੀਆਂ ਸਾਡੇ ਘਰ ਤੇ ਤੇ ਉਸ ਤੋਂ ਬਾਅਦ ਉਹ ਚਲੇ ਗਏ ਤੇ ਅਸੀਂ ਥਾਣੇ ਗਏ ਰਿਪੋਰਟ ਲਖਣ ਥਾਣੇ ਵਾਲੇ ਆਏ ਆ ਉਹਨਾਂ ਨੇ ਮੌਕਾ ਵੀ ਵੇਖਿਆ ਸਾਰੀ ਵੀਡੀਓ ਬਣਾ ਕੇ ਲੱਗੇ ਨੇ ਪਰ ਕੋਈ ਕਾਰਵਾਈ ਨਹੀਂ ਕਰਦੇ ਪਏ ਉਸ ਤੋਂ ਬਾਅਦ ਅਹੀਂ ਫੇਰ ਕੱਲ 6:30 ਵੇ ਦਾ ਟਾਈਮ ਦਿੱਤਾ ਹੀ ਪੁਲਿਸ ਨੇ ਕਿ ਆਣਾ ਆਪਾਂ ਕਰਾਂ ਕਾਰਵਾਈ ਸਰ ਆਪਾਂ ਮੈਂ ਤੇ ਮੇਰੀ ਮਦਰ ਗਏ ਆਪਾਂ ਥਾਣੇ ਤੋਂ ਉਹਨਾਂ ਨੂੰ ਪੁਲਸ ਲਿਆਂ ਨੂੰ ਕਿਹਾ ਕਿ ਕਾਰਵਾਈ ਕਰੋ ਸਰ ਉਹਨਾਂ ਨੇ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਔਰ ਦਿਨ ਦਿਹਾੜੇ 7 7:30 ਵੇ ਦਾ ਟਾਈਮ ਹੀ ਉਹ ਦਿਨ ਦਿਹਾੜੇ 70 80 ਯਾਨੀ ਫੇਰ ਦੁਬਾਰਾ ਇਕੱਠੇ ਹੋ ਗਏ ਸਾਡੇ ਘਰ 'ਤੇ ਉਹਨਾਂ ਦੇ ਵਿੱਚੋਂ ਕਈਆਂ ਨੇ ਕਿਰਪਾਨਾਂ ਫੜੀਆਂ ਬੋਤਲਾਂ ਤੇ ਬੋਤਲਾਂ ਚਲਾਈ ਆ ਰਹੇ ਸਾਡੇ ਘਰ ਕੈਮਰੇ ਲੱਗੇ ਆਪਾਂ ਪੁਲਿਸ ਨੂੰ ਸੀਸੀਟੀਵੀ ਵੀ ਦਿੱਤੀ ਕੱਲ ਦੀ ਵੀ ਦਿੱਤੀ ਹੈ ਸਾਰੀਆਂ ਸੀਸੀਟੀਵੀ ਆ ਉਹਨਾਂ ਨੂੰ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਕਰਦੀ ਵੀ ਆਸ਼ੂ ਨਾਹਰ ਕੋਲ ਇੱਕ ਲਾਸੰਸੀ ਪਿਸਤੌਲ ਵੀ ਹੈ ਤੇ ਉਹ ਧਮਕੀ ਦੇ ਰਿਹਾ ਕਿ ਤੁਹਾਨੂੰ ਗੋਲੀ ਮਾਰ ਦੇਣੀ ਕੀ ਮੰਗ ਕਰਦੇ ਹੁੰਦੇ ਸਰ ਅਸੀਂ ਮੰਗ ਕਰਦੇ ਇਹਨਾਂ ਦੀ ਇਹਨਾਂ ਦੀ ਪੂਰੀ ਕਾਰਵਾਈ ਕੀਤੀ ਜਾਵੇ ਪੁਲਿਸ ਸੱਚ ਦਾ ਸਾਥ ਦੇਵੇ ਸਰ ਇਹ ਤੇ ਮਿੰਟ ਬਾਅਦ ਹੈ ਤੇ ਸ਼ਰੀਆਮੀ ਇੱਕ ਮਤਲਬ ਇੱਕ ਦਿਨ ਬੈਗੇ ਦੋ ਦਿਨ ਬੈਗੇ ਪੁਲਿਸੇ ਦਾ ਮਤਲਬ ਉਹਨਾਂ ਦੇ ਸਾਥ ਦੇ ਰਹੀ ਹੈ ਜਿਹੜੀ ਇੱਕ ਵਾਰੀ ਦੀ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਉਹਦੇ ਜਦੋਂ ਮੀਡੀਆ ਨੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਇਹ ਚੜੀ ਹਿਮਾ ਸਾਡੀ ਬਧਈ ਹੈ ਜੀ ਉਹਨਾਂ ਦੇ ਬਿਆਨਾਂ ਦੇ ਪਰਚਾ ਦਰਜ ਹੋਇਆ ਹੈ ਦੀਪੂ ਕਾਲੀ ਤੇ ਕੁਛ ਤੇ ਪਰਚਾ ਦਰਜ ਕੀਤਾ ਗਿਆ ਵਾ ਤੇ ਦੋਸ਼ੀ ਨਹੀਂ ਪਛਾਣਦੀ ਜਾਰੀ ਹੈ ਤੇ ਜਿਹੋ ਜਿਹੇ ਹਾਲਾਤ ਨੂੰ ਕੀ ਕਾਰਵਾਈ ਕੀਤੀ ਹੈ ਕਿ ਬਾਕੀ ਜੀ ਸਰ ਇੱਕ ਸੀਸੀਟੀਵੀ ਫੁਟੇਜ ਵੀ ਆਈ ਹੈ ਸਾਹਮਣੇ ਉਹਨਾਂ ਦੇ ਹਮਲਾ ਹੋ ਰਿਹਾ ਚੱਕ ਤੇ ਉਹ ਵੀ ਚੈੱਕ ਕਰਨੇ ਆ ਜੀ ਹੁਣ ਦੇਖਣਾ ਇਹ ਹੋਵੇਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਕਦੋਂ ਇਹਨਾਂ ਹੈਵਾਨਾਂ ਤੇ ਨੱਥ ਪਾਵੇਗਾ ਰੰਗਲਾ ਟੀਵੀ ਲਈ ਅੰਮ੍ਰਿਤਸਰ ਤੋਂ ਹਰਦੇਵ ਸਿੰਘ ਪ੍ਰਿੰਸ ਦੀ ਰਿਪੋਰਟ